ਜਿਹੜੇ ਕਿ ਸਾਡੇ ਪ੍ਰਧਾਨ ਸੁਖੇ ਪਿੱਤਰ ਭਾਈ ਜਿਹੜੇ ਨੇ
Thank you.
पसंद नहीं है। शब्द के अरदास में शामिल होना है, अंतिम अरदास बड़ा भला करती है, सुकून रत्ता मेरा।
चामन इसमें संगत को स्वाद लगता सिखन वाले नहीं जो साथ से ये कार्य था मोम करी है पिघल पिघल के थले डिग्री है ऊपर जड़ी लाल कर रही है वो ऊपर वाले वाले हैं तो इस बात का बड़ा सुना जवाब मिला है मेरे मोम धरती जो लगी है धरती पर जा रही है लाल जड़ी है सूरज लाश है वो ऊपर वाले जा रही है सुंदर सो सूरज वाले जा रही है ऐसे तरह समुद्र तो बाहर मार के पानी पहाड़ से जाके बर्फ बन गया मौसम बदलिया पिघलनी शुरू हुई हुई है चक्कर शुरू हो गया पानी समुद्र बन गया बादशाह जी कहते हैं नदियां वाह चुनिया मेला संजोगी राम क्या नदी और नदी के चुनाव के छोटे छोटे नाले सूखे नदी तो अलग हो जाते हैं हम क्या नदी फिर आत्मा कि वो मेरे समुद्र से मिल जाने के संभव नहीं रखे गए पंक्ति के बादशाह कहने लगे कि संयोग हो गए और नदी जो टूटा होया छोटा या सुबह फिर किसी के नदी से जा मिले ना सत कह ना मेरे जी में सत कह ना संगत में मिलते हैं ना कहते हो फिर दोबारा मिल सकते गुरु जी की कृपा बनते हैं तो आओ गुरु पादशाह कृपा कर सुनना लिए Oh.
भय दसन पान छूटे मित्र भाई बाबा बोलने से कहां लेकिन के साथ है सुख माही बोल निरंतर करते कथा पालता कहते कहते चले गए कल नाल बैठे सब आपस की विचार करा रहे सब कान को भी मान अखा भी हो ना दे परिणाम ऐसा कि जो आप सीमा हो चला वो चला गया ये शरीर ये हम कुछ नहीं करने को कह रहे हैं जिन सारे अपना अपना कहते सामने आज वो भी साथ नहीं दे सकते आदि में पानी माता पिता पानी पीने के लिए अपने माता पिता का सत्कार फिर माता के Thank you.
बहुत प्रभु कृपा करके आपके केवल
Oh,
ਉਹ
मीटर्स। नमस्कार, सिंध पान वास्ते आज हो गए। सो मैं बेनती करा सारे पंजाब के प्रधान दरबार मंडल से प्यार राज से दो मिनट वास्ते अपने उस प्रार्थना प्यार राज से सरदार
सिंह जी चोपड़ा उस वेले के साडे साथी सन जिन्होंने कुर्सी पता भी नहीं ਸਵਾਗਤ ਰੁੱਖ ਦੀ ਖਰੀਦ
ਕੰਮ ਕਰਕੇ ਜਾਂਦੀਆਂ ਨੇ ਉਹਨਾਂ ਨੂੰ ਲੋਕ ਹਮੇਸ਼ਾ ਯਾਦ ਰੱਖਦੇ ਨੇ। ਸੋ ਮੇਰੇ ਤੋਂ ਪਹਿਲਾਂ ਸਾਡੇ ਬੜੇ ਸਤਿਕਾਰਯੋਗ ਪਿਤਾ ਜੀ ਜਿਨ੍ਹਾਂ ਨੇ ਉਹਨਾਂ ਬਾਰੇ ਦੱਸਿਆ ਸਾਰਿਆਂ ਨੂੰ, ਕਿਉਂਕਿ ਬੋਲਿਆਂ ਨੂੰ ਪਤਾ ਨਹੀਂ। ਸੋ ਇੰਨੀ ਮਹਾਨ ਸ਼ਖਸੀਅਤ, ਇੰਨੇ ਯੋਧੇ, ਜਿਸ ਵੇਲੇ ਅੱਤਵਾਦ ਦਾ ਬੜਾ ਜ਼ੋਰ ਸੀ ਉਸ ਵੇਲੇ ਉਹਨਾਂ ਨੇ ਅੱਤਵਾਦ ਦੀ ਲੜਾਈ, ਜਿਸ ਵੇਲੇ ਦੇਸ਼ ਯਾਦ ਹੋਇਆ, ਯਾਦੀ ਤੋਂ ਬਾਅਦ ਉਹਨਾਂ ਨੇ ਦੇਸ਼ ਦੀ ਯਾਦੀ ਨੂੰ ਮੈਂ ਸਮਝਣਾ ਜਿਸ ਤਰ੍ਹਾਂ ਸੰਭਾਲਿਆ ਦੇਸ਼ ਦੀ ਏਕਤਾ ਦੇ ਖੰਡਾਂ ਨੂੰ, ਸੋ ਹਮੇਸ਼ਾ ਉਹ ਤਿਆਰ ਰਹੇ। ਸੋ ਉਹਨਾਂ ਦੇ ਕੰਮ, ਉਹਨਾਂ ਦੀ ਸੇਵਾ, ਅੱਜ ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਦਾ ਪਾਠ ਨਿਭਾਊਗਾ। ਚੋਪੜਾ ਜਿਹੜੇ ਉਹਨਾਂ ਦੇ ਬੇਟੇ, ਮੈਂ ਸਮਝਣਾ ਜੇ ਉਹਨਾਂ ਨੂੰ ਅੱਜ ਕੋਈ ਪਤਨੀ ਮਿਲੀ ਆ ਉਹਨਾਂ ਦੇ ਪਰਿਵਾਰ, ਤੇ ਸਰਦਾਰ ਮਨਜੀਤ ਸਿੰਘ ਚੋਪੜਾ ਜੀ ਦੀ ਸੇਵਾ ਤੇ ਬਦੌਲਤ ਦੀ ਮਿਲੀ ਹੈ। ਮੈਨੂੰ ਪਿਆਰ ਯਾਦ ਹੈ ਇਹ ਲੜਕਾ ਜਿਹੜਾ ਚੋਪੜਾ, ਜਿੰਨੀ ਇਹਦੀ ਸੇਵਾ, ਜਿੰਨਾ ਦਾ ਪਿਆਰ ਹੈ ਸ਼ਹਿਰ ਵਾਲਿਆਂ ਨਾਲ, ਹੱਕ ਦੇ ਵੀ ਦੁੱਖ ਸੁੱਖ ਦਾ ਫਲ ਹੈ, ਇਹ ਸਾਰਾ ਕੁਝ ਮਿਲਿਆ। ਇਹਨਾਂ ਨੂੰ ਆਪਣੇ ਫਾਦਰ ਕੋਲੋਂ, ਆਪਣੀ ਮਦਰ ਕੋਲੋਂ। ਸੋ ਮੈਂ ਇਹਦੀ ਸੇਵਾ ਵੀ ਕੀਤਾ ਸੀ ਇਸ ਨੌਜਵਾਨ ਨੂੰ, ਬੇਸ਼ੱਕ ਸ਼ੌਕ ਤਾਂ ਸੀ ਰਸਿਤ ਸੀ, ਪਰ ਸੇਵਾ ਦੀ ਸਾਰੇ ਸ਼ਹਿਰ 'ਚ ਸੀ। ਮੇਰੇ ਬੇਟੇ ਦਾ ਵੀ ਬੜਾ ਹੈ ਨਿੱਜੀ ਦੋਸਤ, ਜਿਹੜਾ ਭਰਾ ਵੀ ਆ ਮੇਰਾ ਬੇਟਾ ਹੈ ਪਤਨੀ ਚੋਪੜਾ। ਸੋ ਮੈਂ ਇਹਦੀ ਸੇਵਾ ਨੂੰ ਵੇਖ ਕੇ ਪਾਰਟੀ ਨੂੰ ਰਿਕਮੈਂਡ ਕੀਤਾ, ਕੈਪਟਨ ਸਾਹਿਬ ਨੂੰ ਕਿਹਾ ਕਿ ਬੜੀ ਸੇਵਾ ਕਰਦਾ, ਇਹਨਾਂ ਨੂੰ ਪਾਰਟੀ ਦੇ ਯੋਧਾ ਜਿਹੜਾ ਉਹ ਮਿਲਣਾ ਚਾਹੀਦਾ। ਸੋ ਪਾਰਟੀ ਨੇ ਇਹਨੂੰ ਇਹਦੀ ਵਾਈਫ ਨੂੰ ਕੌਂਸਲ ਦੀ ਟਿਕਟ ਦਿੱਤੀ, ਬਹੁਤ ਭਾਰੀ ਗੁਰਮੇ ਵਾਲੇ ਜਿੱਤਿਆ, ਕਿਉਂਕਿ ਲੋਕਾਂ ਦੀ ਸੇਵਾ ਕਰਦਾ ਸੀ। ਸੋ ਅੱਜ ਇਹਦੀ ਵਾਈਫ ਜਿਹੜੀ ਆ ਕੌਂਸਲ ਹੋਈ ਹੈ। ਸੋ ਮੈਂ ਸਮਝਦਾ ਇਹ ਸਾਰਾ ਜੋ ਕੁਝ ਮਿਲਿਆ ਇਹ ਇਹਨਾਂ ਦੀ ਫਾਦਰ ਦੀ ਸੇਵਾ ਦੇ ਬਦੌਲਤ ਮਿਲਿਆ। ਸੋ ਮੈਂ ਜ਼ਿਆਦਾ ਕੁਝ ਕੀਤਾ ਨਹੀਂ, ਮੈਂ ਤੇ ਅੱਜ ਉਸ ਮਹਾਨ ਸ਼ਖਸੀਅਤ ਨੂੰ ਆਪਣੇ ਵੱਲੋਂ, ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ। ਸੋ ਪਰਮਾਤਮਾ ਦੇ ਚਰਨਾਂ 'ਚ ਇਹੋ ਅਰਦਾਸ ਕਰਨਾ ਕਿ ਪਰਮਾਤਮਾ ਉਸ ਮਹਾਨ ਸ਼ਖਸੀਅਤ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ੇ। ਸੋ ਖਾਣਾ ਬਖਸ਼ੇ ਜਿਹੜਾ ਪਰਿਵਾਰ ਨੂੰ ਪਰਮਾਤਮਾ ਬਲ ਬਖਸ਼ੇ। ਸਵੇਰ ਨਾਲ ਸ਼ਰਧਾ ਨਾਲ ਜਿੱਥੇ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਰਿਵਾਰ ਵੱਲੋਂ ਧੰਨਵਾਦ ਵੀ ਕੀਤਾ। ਸੋ ਦੁੱਖ ਹਮੇਸ਼ਾ ਮਨਾਇਆ ਘੱਟਦਾ, ਖੁਸ਼ੀ ਮਨਾਇਆ ਵੱਧਦੀ ਹੈ। ਸੋ ਤੁਸੀਂ ਸਾਰੇ ਦੁੱਖ ਦੀ ਘੜੀ ਵੀ ਸ਼ਰੀਕ ਹੋਏ ਹੋ ਚੋਪੜਾ ਪਰਿਵਾਰ ਨਾਲ, ਤੁਸੀਂ ਸਾਰੇ ਨਿਆਣ ਕੇ ਅੱਜ ਦੁੱਖ ਸਾਂਝਾ ਕੀਤਾ। ਸੋ ਮੈਂ ਤੁਹਾਡਾ ਦਿਲ ਦੀਆਂ ਗਹਿਰੀਆਂ ਨੂੰ ਸਾਰਿਆਂ ਦਾ ਧੰਨਵਾਦ ਕਰਨਾ, ਖਾਸ ਕਰਕੇ ਪਿੰਡਾਂ ਦੀ ਜਿਨ੍ਹਾਂ ਦਾ ਬੜਾ ਪਿਆਰ ਹੈ ਇਸ ਪਰਿਵਾਰ ਨਾਲ, ਇਕੱਠੇ ਰਹੇ ਨੇ, ਇਕੱਠੇ ਸੇਵਾ ਕੀਤੀ ਹੈ, ਪੰਜਾਬ ਦੀ ਵੀ ਸੇਵਾ ਕੀਤੀ ਹੈ, ਦੇਸ਼ ਦੀ ਵੀ ਸੇਵਾ ਕੀਤੀ ਹੈ। ਸੋ ਅੱਜ ਬੜੇ ਸਿਆਸੀ ਘੱਟ ਨੇ ਉਹਦੇ ਲੋਕ ਜਿਹੜੇ ਆਪਣੇ ਮੁਫਾਦਾਂ ਨੂੰ ਉੱਤੇ ਉੱਠ ਕੇ ਦੇਸ਼ ਦੀ ਸਮਾਜ ਦੀ ਸੇਵਾ ਕਰਦੇ। ਸੋ ਮੈਂ ਬਿੱਟਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਾਰੇ ਕੌਂਸਲ ਸਾਡੇ ਇੱਥੇ ਆਏ ਨੇ, ਖਾਸ ਕਰਕੇ ਸਾਡੇ ਡਿਪਟੀ ਮੇਅਰ ਜੋਨਾ ਜੀ ਵੀ ਬੈਠੇ ਨੇ। ਸੋ ਸਾਰੇ ਤੁਸੀਂ ਮੋਦੀ ਸਾਹਿਬ ਬੈਠੇ ਨੇ, ਸਾਡੇ ਫੋਰਮਰ ਪ੍ਰਾਈਮ ਮਿਨਿਸਟਰ ਜੀ ਦੇ ਬ੍ਰਦਰ, ਸਾਡੇ ਪੰਜਾਬ ਡਿਪਾਰਟਮੈਂਟ ਦੇ ਪ੍ਰਧਾਨ ਸੀ ਪਿਆਰਾ ਲਾਲ ਜੀ ਉੱਥੇ ਬੈਠੇ ਨੇ। ਸੋ ਮੇਰੇ ਬੇਟਿਆਂ ਵਰਗੇ ਮੇਰੇ ਵੀਰ ਜਿੰਦਾ ਜੀ, ਜਿਨ੍ਹਾਂ ਦੇ ਫਾਦਰ ਨਾਲ ਮੇਰਾ ਬੜਾ ਪਿਆਰ ਹੈ, ਬੜੇ ਜਿਆਰੂ ਲੀਡਰ ਨੇ। ਸੋ ਸਾਡੇ MLA ਸਾਹਿਬ ਜੀਰਾ ਜੀ ਵੀ ਇਸ ਦੁੱਖ ਦੀ ਘੜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਨੇ। ਸੋ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਥ ਪੰਜਾਬ ਰਿਊਨਸ ਡਿਪਟੀ ਮੇਅਰ ਸਾਡੇ ਅੰਮ੍ਰਿਤਸਰ ਦੇ ਬਹੁਤ ਤਕੜੇ ਸੇਵਾਦਾਰ ਨੇ ਸ਼ਹਿਰ ਦੇ, ਦਾਦਾ ਜੀ ਕੌਂਸਲਰ ਉਹਨਾਂ ਨਾਲ ਹੋਰ ਸਾਥੀ ਆਏ ਨੇ। ਇੱਕ ਲੈਣਾ ਗੋਕਿਆਂ ਦਾ ਜ਼ਰੂਰ ਅਰਦਾਸ ਵਜੋਂ, ਬੇਨਤੀ ਵਜੋਂ
ਜਾਂ ਤੋਂ ਮੇਰੇ ਵੱਲ ਹਿਰ ਰੱਖਿਆ ਉਹ ਛੁੱਟਦਾ ਕਿਉਂਕਿ ਸਭ ਕੁਝ ਮੈਨੂੰ ਸੌਂਪਿਆ ਜਾਂ ਮੇਰਾ ਬੰਦਾ ਲੱਖਵੇ ਤੋੜਨਾ ਆਵੇ ਖਾਈ ਨੱਚਣ ਹੁੰਦਾ ਇਹ ਲਕਸ਼ ਵਾਸੀ ਮੇਰੇ ਸਰ ਸੇਵਕ ਬੰਦਾ ਇਹ ਵੈਲੀ ਬਿੰਦੂ ਸਭ ਕੀਤਿਆਂ ਨਹੀਂ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਪਸੰਦਾ ਆਨੰਦ ਪਾਇਆ ਸੁੱਖ ਪਾਇਆ ਮੇਰੇ ਗੁਰੂ ਗੋਬਿੰਦਾ ਸਭੇ ਕਾਜ ਸਵਾਲੀਆਂ ਜੋ ਦੁਰ ਪਾਉਂਦਾ ਹੈ ਮੇਰੇ ਸੱਚੇ ਪਾਤਸ਼ਾਹ ਆਈਆਂ ਸੰਗਤਾਂ ਦੀ ਅਰਦਾਸ ਆਈਆਂ ਸੰਗਤਾਂ ਦੀ ਫਰਿਆਦ ਲੈ ਕੇ ਲਾਣਾ ਆਪਣੇ ਚਰਨਾਂ 'ਚ ਨਿਵਾਸ ਰੱਖਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।